आदाब नमस्कार सत श्री अकाल मैं छवि तुहाडे सब दा स्वागत करदी हां इस प्रोग्राम दे विच जिस दा नाम है योगेश हेल्थ ऑनलाइन। इहो जिहा प्रोग्राम है जिस विच असीं तुहानूं वैजी नाल रूबरू कराने हां। जी हां, डॉक्टर सुखचिंदर सिंह योगी जो कि काफी मन्ने परमन्ने वैद्य ते बहुत सारे चैनल ते तुसीं इहनां दा इंटरव्यू देख चुके होने, बहुत सारी समस्यावां दा इह हल दस चुके ने अपने चैनल। अज असीं इहनां नाल गल्लबात करांगे सेहत संबंधी समस्यावां बारे। जे असीं छोटे छोटे बच्चे नूं देखिए उहनां दी जिहड़ी खाण दी हैबिट्स हन, उहदे जिहड़ी खाण दी आदतां ने उह बहुत खराब हो चुकी। मतलब जे स्कूल जांदे ने ते जंक फूड प्रेफर करदे ने, जे बाहर खाना जांदे ने रोटी ऑर्डर करन तो बजाय ओ पिज़्ज़ा या बर्गर ऑर्डर करदे ने। ते तुहानूं की लगदा ए जिहड़ियां जंक फूड दीआं हैबिट्स ने लॉन्ग रन च उहनां नूं किन्ना नुकसान पहुंचा सकदीआं ने? देखो, कोई भी चीज़ है बच्चा सोसाइटी चो देखदा है, मंगदा जरूर है। बहुत चीज़ां ने सानूं अपने बच्चों नूं समझाणियां, कुछ जगह ते मुश्किल हो जांदियां, पर मैं उहनां माता पितावां नूं बेनती करांगा कि कदे भी जिहड़ा जंक फूड है ਉਹਨੂੰ ਬਹੁਤ ਹੀ ਰੇਅਰ ਵਾਈਲ ਬੱਚਿਆਂ ਨੂੰ ਮਹੀਨੇ 'ਚ ਇੱਕ ਅੱਧਾ ਦਿਨ ਜਾਂ ਦੋ ਵਾਰੀ ਦੇ ਦਿਓ। ਬਹੁਤ ਉਹ ਵੀ ਸਮਾਲ ਕੁਆਂਟਿਟੀ 'ਚ, ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਦੇਣਾ। ਕਈ ਵਾਰੀ ਕਈ ਘਰਾਂ ਦੇ ਵਿੱਚ ਆਮ ਅਕਸਰ ਤੌਰ 'ਤੇ ਦੇਖਿਆ ਜਾਂਦਾ ਕਿ ਹਫ਼ਤੇ ਤਿੰਨ ਤਿੰਨ ਚਾਰ ਚਾਰ ਵਾਰੀ ਪੀਜ਼ਾ ਬਰਗਰਸ ਆਉਂਦੇ ਨੇ। ਰੂਟੀਨ ਦੇ ਪੇਸ਼ੈਂਟਸ ਆਉਂਦੇ, ਕਹਿੰਦੇ ਬੱਚੇ ਸਾਡੇ ਨਹੀਂ ਹਟਦੇ ਜੀ, ਉਹ ਪੀਜ਼ਾ ਬਰਗਰ ਉਹਨਾਂ ਨੂੰ ਚਾਹੀਦਾ ਚਾਹੀਦਾ। ਰੋਜ਼ ਸ਼ਾਮ ਨੂੰ ਰੋਟੀ ਦਿਓ ਨਾ, ਅਤੇ ਉਹ ਕਹਿੰਦੇ ਜੀ ਦੋ ਬਰਗਰ ਖਵਾ ਦਿਓ ਅਸੀਂ ਸੌ ਜਾਵਾਂਗੇ। ਸੋ ਇੱਦਾਂ ਦਾ ਅਸੀਂ ਜਿਹੜਾ ਬੱਚਿਆਂ ਦੀ ਹੈਬਿਟ ਹੈ, ਬੱਚਿਆਂ ਨੇ ਦੇਖੋ ਜ਼ਿੱਦ ਜ਼ਰੂਰ ਕਰਨੀ ਹੈ। ਬੱਚਿਆਂ ਨੂੰ ਉਹਨਾਂ ਦੀ ਜਿਹੜੀ ਆਉਣ ਵਾਲੇ ਵਕਤ ਦੀ ਸਮਝ ਨਹੀਂ ਹੁੰਦੀ ਕਿ ਉਹ ਚੀਜ਼ ਉਹਨਾਂ ਲਈ ਲਾਹੇਵੰਦ ਹੈ ਕਿ ਉਹਨਾਂ ਦੇ ਨੁਕਸਾਨ ਕਰੇਗੀ। ਸੋ ਅਸੀਂ ਹੀ ਬੱਚਿਆਂ ਨੂੰ ਉਸ ਚੰਗੇ ਰਾਹ ਸਿੱਧਾ ਜਿਹੜੇ ਇਹ ਰਾਹ ਮਾਂ ਬਾਪ ਹੀ ਪਾ ਸਕਦੇ ਨੇ, ਜਾਂ ਉਹਨਾਂ ਦੇ ਦਾਦਾ ਦਾਦੀ ਨੇ, ਉਹਨਾਂ ਨੂੰ ਪਰਿਵਾਰ ਦੇ ਵੱਡੇ ਜਿਹੜੇ ਵਡੇਰੇ ਨੇ ਉਹਨਾਂ ਨੂੰ ਚੰਗੇ ਤਰੀਕੇ ਸਮਝਾ ਸਕਦੇ ਨੇ ਕਿ ਬੱਚੇ ਆਹ ਚੀਜ਼ਾਂ ਸਾਡੇ ਲਈ ਚੰਗੀਆਂ ਨਹੀਂ ਨੇ। ਫੋਰ ਅ ਚੇਂਜ ਅਸੀਂ ਕਦੇ ਕਦੇ ਖਾ ਲਈਏ ਤਾਂ ਉਹਦਾ ਕੋਈ ਨੁਕਸਾਨ ਨਹੀਂ ਜੀ, ਬਟ ਉਹ ਵੀ ਇੱਕ ਸੈਂਸੀਬਲ ਕੁਆਂਟਿਟੀ ਦੇ ਵਿੱਚ। ਜ਼ਿਆਦਾ ਅਸੀਂ ਕੁਆਂਟਿਟੀ ਵਿੱਚ ਕੋਈ ਵੀ ਫਰੋਜ਼ਨ ਫੂਡ ਲਵਾਂਗੇ, ਜੰਕ ਫੂਡਸ ਲਵਾਂਗੇ, ਇਹਨਾਂ ਦੇ ਵਿੱਚ ਕੈਮੀਕਲਸ ਹੁੰਦੇ ਨੇ। ਕੈਮੀਕਲਸ ਦੇ ਨਾਲ ਜਿਹੜੀ ਸਾਡੀ ਇੰਟੈਸਟਾਈਨਸ ਹੈ ਉਹਨਾਂ 'ਚ ਹੀਟ ਅਤੇ ਸਵੈਲਿੰਗ ਪੈਦਾ ਹੋ ਜਾਂਦੀ ਹੈ। ਜਿੰਨੀ ਹੀਟ ਅਤੇ ਸਵੈਲਿੰਗ ਪੈਦਾ ਹੋਏਗੀ, ਸਾਡੀ ਆਂਤੜਾਂ ਨੂੰ ਜਿਹੜੀ ਖੁਰਾਕ ਹੈ ਨਹੀਂ ਲੱਗੇਗੀ, ਸਾਡਾ ਮਿੱਧਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਏਗਾ। ਆਮ ਤੌਰ 'ਤੇ ਬੱਚੇ ਜਿਹੜੇ ਤੁਸੀਂ ਦੇਖੇ ਨੇ ਛੋਟੇ ਹੁੰਦੇ ਚੌਮਿਨਸ ਨੂਡਲਸ ਦੇ ਬਹੁਤ ਸ਼ੌਕੀਨ ਹੁੰਦੇ ਨੇ, ਕੋਲਡ ਡਰਿੰਕਸ, ਉਹ ਰੋਟੀ ਘੱਟ ਖਾਂਦੇ ਨੇ, ਅਤੇ ਉਹਦੇ ਕਰਕੇ ਉਹਨਾਂ ਨੂੰ ਰੂਟੀਨ ਦੇ ਵਿੱਚ ਜਿਹੜਾ ਹੈ ਆਉਣ ਵਾਲੇ ਕਈ ਵਾਰੀ ਛੋਟੀ ਅਰਲੀ ਸਟੇਜਿਸ ਦੇ ਵਿੱਚ ਉਹਨਾਂ ਨੂੰ ਪੀ ਲਿਆ ਵੀ ਜਿਹੜਾ 8-10 ਸਾਲ ਦੀ ਉਮਰ 'ਚ ਬੱਚਿਆਂ ਨੂੰ ਦੇਖਿਆ ਜਾਂਦਾ, ਜਾਂ ਉਹ ਅੰਡਰ ਮਾਲਨਿਊਟ੍ਰੀਸ਼ਨ ਹੁੰਦੇ ਨੇ। ਮਾਲਨਿਊਟ੍ਰੀਸ਼ਨ ਦੇ ਵਿੱਚ ਕੀ ਹੁੰਦਾ ਕਿ ਉਹਨਾਂ ਨੂੰ ਪ੍ਰੋਪਰ ਕਈ ਵਾਰੀ ਉਹਨਾਂ ਦਾ ਪਰਿਵਾਰਿਕ ਜਿਹੜੀ ਸਥਿਤੀ ਹੈ ਉਨੀ ਨਹੀਂ ਚੰਗੀ ਹੁੰਦੀ ਕਿ ਜਿਹੜੇ ਉਹਨਾਂ ਦੇ ਮਾਂ ਬਾਪ ਉਹਨਾਂ ਦਾ ਕਈ ਵਾਰੀ ਪੂਰਾ ਭਰਨ ਪੋਸ਼ਣ ਕਰ ਸਕਣ। ਪਰ ਫਿਰ ਵੀ ਮੈਂ ਮਾਂ ਬਾਪ ਨੂੰ ਬੇਨਤੀ ਕਰਾਂਗਾ ਉਹਨਾਂ ਨੂੰ ਚੰਗੀ ਖੁਰਾਕ ਦਿਓ, ਸਾਦੀ ਖੁਰਾਕ ਦਿਓ ਜਿਹੜੀ ਉਹਨਾਂ ਨੂੰ ਲਾਭਵੰਦ ਰਹੇ ਅਤੇ ਉਹਨਾਂ ਨੂੰ ਕਦੇ ਮੁਸ਼ਕਲਾਂ ਨਾ ਆਉਣ। ਜੀ ਬਿਲਕੁਲ ਦਰਸ਼ਕੋ, ਬਹੁਤ ਜ਼ਰੂਰੀ ਹੈ ਅਤੇ ਤੁਹਾਡੇ ਬੱਚਿਆਂ ਵਾਸਤੇ ਵੀ ਬਿਲਕੁਲ ਸਹੀ ਰਾਏ ਦੇ ਰਹੇ ਨੇ ਵੈਜੀ ਕਿ ਆਪਣੇ ਬੱਚਿਆਂ ਨੂੰ ਸਹੀ ਖੁਰਾਕ ਖਾਣ ਨੂੰ ਦੇਵੋ। ਕੋਸ਼ਿਸ਼ ਕਰੋ ਕਿ ਜਿਹੜਾ ਜੰਕ ਫੂਡ ਹੈ ਬੱਚੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਹੈਗੇ ਨੇ ਅਵੋਇਡ ਕਰਨ। ਖੈਰ ਜੇ ਤੁਸੀਂ ਇਹਨਾਂ ਨੂੰ ਮਿਲਣਾ ਚਾਹੁੰਦੇ ਤੁਸੀਂ ਇਹਨਾਂ ਨੂੰ ਬੇਸ਼ੱਕ ਮਿਲ ਸਕਦੇ ਹੋ, ਇਹਨਾਂ ਦੇ ਜਿਹੜੇ ਕਲੀਨਿਕ ਦੇ ਐਡਰੈਸ ਹੈ ਲਗਾਤਾਰ ਫਲੈਸ਼ ਹੋ ਰਿਹਾ ਸਾਡੀ ਟੀਵੀ ਸਕਰੀਨ 'ਤੇ, ਤੁਸੀਂ ਨੋਟ ਕਰ ਸਕਦੇ ਹੋ, ਮੈਂ ਲਿਖਵਾ ਵੀ ਦਿੰਦੀ ਹਾਂ। ਇਟਸ SU 1034 2nd floor sector 22B ਓਪੋਜਿਟ ਬੱਸ ਸਟੈਂਡ 17। ਤੁਸੀਂ ਇਹਨਾਂ ਦੇ ਫੋਨ 'ਤੇ ਅਪੋਇੰਟਮੈਂਟ ਲੈ ਸਕਦੇ ਹੋ, ਇਹਨਾਂ ਦੇ ਜਿਹੜੇ ਨੰਬਰ ਹੈ ਤੁਸੀਂ ਨੋਟ ਕਰ ਸਕਦੇ ਹੋ। ਇਟਸ 9914000365। ਜਿਹੜਾ ਦੂਜਾ ਇਹਨਾਂ ਦਾ ਨੰਬਰ ਹੈ ਉਹ ਹੈ ਜੀ 9357000019। ਤੁਸੀਂ ਫੋਨ 'ਤੇ ਇਹਨਾਂ ਤੋਂ ਅਪੋਇੰਟਮੈਂਟ ਲੈ ਸਕਦੇ ਹੋ, ਮਿਲ ਸਕਦੇ ਹੋ। ਜੇ ਤੁਸੀਂ ਲੁਧਿਆਣਾ ਹੋ ਜਾਂ ਲੁਧਿਆਣੇ ਦੇ ਆਸ ਪਾਸ ਰਹਿੰਦੇ ਹੋ ਤਾਂ ਲੁਧਿਆਣਾ ਵੀ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ। ਹਰ ਬੁੱਧ ਵੀਰਵਾਰ ਇਹ ਲੁਧਿਆਣਾ ਹੁੰਦੇ ਨੇ, ਅਤੇ ਜੇ ਤੁਸੀਂ ਜਲੰਧਰ ਹੋ ਜਾਂ ਉਸਦੇ ਆਸ ਪਾਸ ਏਰੀਆ 'ਚ ਤਾਂ ਜਲੰਧਰ ਵੀ ਤੁਸੀਂ ਐਤਵਾਰ ਇਹਨਾਂ ਨੂੰ ਮਿਲ ਸਕਦੇ ਹੋ, ਫੋਨ 'ਤੇ ਵੀਰਵਾਰ ਲੈ ਸਕਦੇ ਹੋ ਐਤਵਾਰ ਮਿਲਣ ਵਾਸਤੇ। ਇਹਨਾਂ ਦੀ ਵੈਬਸਾਈਟ 'ਤੇ ਤੁਸੀਂ ਲੌਗਇਨ ਕਰ ਸਕਦੇ ਹੋ, ਵੈਬਸਾਈਟ 'ਤੇ ਹੋਰ ਵੀ ਜਾਣਕਾਰੀ ਲੈ ਸਕਦੇ ਨੇ। ਜਿਹੜੀ ਵੈਬਸਾਈਟ ਦਾ ਐਡਰੈਸ ਹੈ ਉਹ ਹੈ ਜੀ www.yogisayurveda.com। ਅਤੇ ਜੇ ਤੁਸੀਂ ਘਰ ਬੈਠੇ ਨਾ ਤਾਂ ਬੁੱਕ ਮੰਗਵਾਉਣਾ ਚਾਹੁੰਦੇ ਤਾਂ ਤੁਸੀਂ ਬੁੱਕ ਵੀ ਮੰਗਵਾ ਸਕਦੇ ਸਿਹਤ ਸਮੱਸਿਆਵਾਂ ਦੇ ਹੱਲ ਦੀ। ਅਤੇ ਤੁਸੀਂ ਆਪਣਾ ਨਾਮ, ਆਪਣੇ ਸ਼ਹਿਰ ਦਾ ਨਾਮ, ਆਪਣਾ ਫੋਨ ਨੰਬਰ, ਆਪਣਾ ਐਡਰੈਸ ਇਹਨਾਂ ਦੇ ਫੋਨ ਨੰਬਰ 'ਤੇ ਤੁਸੀਂ SMS ਕਰ ਸਕਦੇ ਹੋ। ਖੈਰ ਹੁਣ ਵੇਲਾ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਜਲਦੀ ਹਾਜ਼ਰ ਹੋਵਾਂਗੇ ਕੁਝ ਹੋਰ ਸਮੱਸਿਆਵਾਂ ਦਾ ਹੱਲ ਲੈ ਕੇ। ਤੁਸੀਂ ਬਣੇ ਰਹੋ ਇਸ ਪ੍ਰੋਗਰਾਮ ਦੇ ਨਾਲ ਜਿਸਦਾ ਨਾਮ ਹੈ ਯੋਗੇਸ ਹੈਲਥ ਆਨਲਾਈਨ। ਵੈਦ ਸੁਖਜਿੰਦਰ ਸਿੰਘ ਯੋਗੀ BAMS ਸਪੁੱਤਰ ਖਾਨਦਾਨੀ ਵੈਦ ਹਰਭਜਨ ਸਿੰਘ ਯੋਗੀ, ਤੁਹਾਡੀ ਹਰ ਤਰ੍ਹਾਂ ਦੀ ਸਿਹਤ ਸਮੱਸਿਆਵਾਂ ਦਾ ਹੱਲ। ਹੈਲਥ, ਸੈਕਸ, ਯੂਰਿਨ, ਸਕਿਨ, ਨਿਊਲੀ ਵੈਡ ਪ੍ਰੋਬਲਮਸ, ਕੰਟੈਕਟ। ਇੱਕ ਵਾਰ ਫਿਰ ਤੋਂ ਤੁਹਾਡੇ ਸਭ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਜਿਸਦਾ ਨਾਮ ਹੈ ਯੋਗੇਸ ਹੈਲਥ ਆਨਲਾਈਨ। ਅਤੇ ਇਸ ਪ੍ਰੋਗਰਾਮ ਦੇ ਵਿੱਚ ਵੈਜੀ ਨੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਬਹੁਤ ਸਾਰੇ ਵਿਸ਼ੇ 'ਤੇ ਜਾਣਕਾਰੀ ਦਿੱਤੀ ਸੀ ਕਿ ਕਿਵੇਂ ਤੁਸੀਂ ਆਪਣੀ ਚੰਗੀ ਸਿਹਤ ਨੂੰ ਮੇਨਟੇਨ ਕਰ ਸਕਦੇ ਹੋ। ਜੇ ਤੁਸੀਂ ਇਹ ਜਾਣਕਾਰੀ ਮਿਸ ਕਰ ਦਿੱਤੀ ਹੈ ਤਾਂ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਇਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ। ਇਹਨਾਂ ਦੇ ਜਿਹੜੇ ਕਲੀਨਿਕ ਦੇ ਐਡਰੈਸ ਹੈ ਲਗਾਤਾਰ ਫਲੈਸ਼ ਹੋ ਰਿਹਾ ਸਾਡੀ ਟੀਵੀ ਸਕਰੀਨ 'ਤੇ, ਇਹਨਾਂ ਦੇ ਫੋਨ ਨੰਬਰ ਵੀ ਲਗਾਤਾਰ ਫਲੈਸ਼ ਹੋ ਰਿਹਾ ਸਾਡੀ ਟੀਵੀ ਸਕਰੀਨ 'ਤੇ।
ਵੈਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਸ਼ੋਅ ਦੇ ਵਿੱਚ। ਬ੍ਰੇਕ ਤੋਂ ਜਾਣ ਤੋਂ ਪਹਿਲਾਂ ਤੁਸੀਂ ਦੱਸਿਆ ਸੀਗਾ ਕਿ ਚੰਗੀ ਸਿਹਤ ਨੂੰ ਕਿਵੇਂ ਮੇਨਟੇਨ ਕੀਤਾ ਜਾ ਸਕਦਾ ਹੈ, ਬੱਚਿਆਂ ਨੂੰ ਜੰਕ ਫੂਡ ਤੋਂ ਜਾਂ ਇਹੋ ਜਿਹੀ ਜਿਹੜੀ ਹੈਬਿਟਸ ਹੈ ਬਾਹਰ ਖਾਂਦੇ ਆ ਉਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੁੰਦਾ ਹੈ। ਵੈਜੀ ਪਰ ਜੇ ਅਸੀਂ ਗੱਲ ਕਰੀਏ ਉਹਨਾਂ ਦੇ ਜਿਹੜੇ ਮਰੀਜ਼ ਆਲਰੇਡੀ ਹੈਗੇ ਨੇ ਮੈਦੇ ਦੇ, ਅਤੇ ਹੁਣ ਜਿਵੇਂ ਉਹ ਆਪਣੀ ਸਿਹਤ ਨੂੰ ਗੇਨ ਕਰਨਾ ਚਾਹੁੰਦੇ ਨੇ, ਚਾਹੁੰਦੇ ਨੇ ਕਿ ਸਾਨੂੰ ਕੋਈ ਰੋਗ ਨਾ ਰਹੇ, ਅਤੇ ਉਹ ਜੇ ਐਲੋਪੈਥੀ ਖਾ ਰਹੇ ਨੇ, ਐਲੋਪੈਥੀ ਟ੍ਰੀਟਮੈਂਟ ਲੈ ਰਹੇ ਨੇ, ਬਟ ਉਹ ਚਾਹੁੰਦੇ ਨੇ ਆਯੂਰਵੇਦ ਤੁਹਾਡੇ ਨਾਲ ਕੰਸਲਟ ਕਰਨ ਜਾਂ ਤੁਹਾਡੇ ਕੋਲ ਮੈਡੀਸਿਨ ਲੈਣ 'ਤੇ, ਕੀ ਉਹ ਐਲੋਪੈਥਿਕ ਨੂੰ ਇੱਕਦਮ ਛੱਡ ਕੇ ਆਯੂਰਵੇਦਿਕ ਜਿਹੜਾ ਇਲਾਜ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ? ਦੇਖੋ ਉਸਦੇ ਵਿੱਚ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੈ ਕਿਸ ਤਰ੍ਹਾਂ ਦਾ ਚੱਲ ਰਿਹਾ, ਕੀ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਦਿੱਤਾ ਜਾ ਰਿਹਾ ਸਹੀ, ਉਹਨਾਂ ਨੂੰ ਡਾਇਗਨੋਸ ਹੋ ਕੇ ਉਹੀ ਦਵਾਈ ਦਿੱਤੀ ਜਾ ਰਹੀ ਹੈ ਕਿ ਸਿਮਟੋਮੈਟਿਕ ਟ੍ਰੀਟਮੈਂਟ ਹੋ ਰਿਹਾ? ਟ੍ਰੀਟਮੈਂਟ ਦੋ ਤਰ੍ਹਾਂ ਦਾ ਹੁੰਦਾ, ਇੱਕ ਹੁੰਦਾ ਸਿਮਟੋਮੈਟਿਕ, ਇੱਕ ਹੁੰਦਾ ਕਲੀਨਿਕਲ ਲੈਵਲ 'ਤੇ ਪਲਸ ਡਾਇਗਨੋਸ ਦੇ ਹਿਸਾਬ ਨਾਲ। ਜਦੋਂ ਪ੍ਰੋਪਰ ਪਲਸ ਡਾਇਗਨੋਸ ਦੇ ਹਿਸਾਬ ਨਾਲ ਰੋਗ ਦਾ ਡਾਇਗਨੋਸ ਹੁੰਦਾ, ਫਿਰ ਸਹੀ ਟ੍ਰੀਟਮੈਂਟ ਦਿੱਤਾ ਜਾਂਦਾ। ਸਿਮਟੋਮੈਟਿਕ ਟ੍ਰੀਟਮੈਂਟ ਹੁੰਦਾ, ਮਰੀਜ਼ ਨੂੰ ਸਵਾਲ ਪੁੱਛੇ ਜੀ ਹਾਂ ਵੀ ਤੁਹਾਨੂੰ ਭੁੱਖ ਲੱਗਦੀ ਹੈ ਜੀ, ਪੇਟ ਠੀਕ ਰਹਿੰਦਾ ਜੀ, ਜਾਂ ਰੂਟੀਨ ਦੇ ਵਿੱਚ ਦੋ ਤਿੰਨ ਸਵਾਲ ਪੁੱਛੇ ਜੀ, ਉਹਨੂੰ ਦਵਾਈ ਦੇ ਦਿੱਤੀ। ਸੋ ਇਹ ਡਿਫਰੈਂਸ ਆਉਂਦਾ ਹੈ ਐਲੋਪੈਥੀ ਅਤੇ ਆਯੁਰਵੇਦਾ ਦੇ ਵਿੱਚ। ਇੱਕ ਸਿਆਣਾ ਵੈਦ ਉਹੀ ਹੈ ਕਿ ਜਿਹੜਾ ਮਰੀਜ਼ ਦੇ ਰੋਗ ਦੀ ਸਾਰੀ ਜਿਹੜੀ ਹੈ ਤੈਅ ਤੱਕ ਪਹੁੰਚੇ, ਉਸਨੂੰ ਦਵਾਈ ਦੇਵੇ ਅਤੇ ਉਹਦਾ ਉਹ ਹੱਲ ਮਰੀਜ਼ ਦਾ ਹੋ ਜਾਵੇ। ਉਸ ਤੋਂ ਇਲਾਵਾ ਜਿਹੜਾ ਐਲੋਪੈਥੀ ਦੇ ਵਿੱਚ ਹੈ, ਐਲੋਪੈਥੀ ਦੇ ਵਿੱਚ ਰੂਟੀਨ ਦੇ ਵਿੱਚ ਹੁਣ ਡਿਪੈਂਡ ਕਰਦਾ ਹੈ ਉਹਨੂੰ ਮੈਡੀਸਨ ਐਂਟੀਐਸਿਡ ਦੇ ਰਹੇ ਨੇ ਜਾਂ ਉਹਨੂੰ ਨੋਰਮਲ ਕੋ ਡਾਈਜੈਸਟਿਵ ਐਨਜ਼ਾਈਮਸ ਦੇ ਰਹੇ ਨੇ। ਇਹ ਦੋ ਤਿੰਨ ਚੀਜ਼ਾਂ ਹੁੰਦੀਆਂ ਜਿਹੜੀ ਐਲੋਪੈਥੀ ਦੇ ਵਿੱਚ ਰੂਟੀਨ ਦੇ ਵਿੱਚ ਜਿਹੜੀ ਦਿੱਤੀਆਂ ਜਾਂਦੀਆਂ ਸਿਹਤ ਦੇ ਰਿਲੇਟਡ, ਜਾਂ ਉਹ ਲੀਵਰ ਟੋਨਿਕਸ ਦੇ ਸਕਦੇ ਨੇ। ਸੋ ਐਲੋਪੈਥੀ ਅਤੇ ਆਯੁਰਵੇਦਾ ਦੇ ਵਿੱਚ ਬਹੁਤ ਹੀ ਜ਼ਿਆਦਾ ਫਰਕ ਹੈ। ਆਯੁਰਵੇਦਾ ਦੇ ਵਿੱਚ ਆ ਜਾਂਦਾ ਕਿ ਇੰਟੈਸਟਾਈਨ ਜਿਹੜੀਆਂ ਆਂਤੜਾਂ ਸਾਡੀਆਂ ਕੰਮ ਕਿਉਂ ਨਹੀਂ ਕਰਦੀਆਂ, ਉਹਦੇ 'ਚ ਵੱਖ ਵੱਖ ਜਿਹੜੇ ਨੇ ਕੁਸ਼ਤੇ ਹੁੰਦੇ ਨੇ, ਜੜੀ ਬੂਟੀਆਂ ਹੁੰਦੀਆਂ, ਉਹਨਾਂ ਰਾਹੀਂ ਦਵਾਈਆਂ ਜਿਹੜੀਆਂ ਤਿਆਰ ਹੁੰਦੀਆਂ ਨੇ। ਦਵਾਈਆਂ ਅਸੀਂ ਆਪ ਸਾਰੀਆਂ ਤਿਆਰ ਕਰਦੇ ਹਾਂ, ਉਹ ਜਿਹੜੀ ਹੈ ਫਾਰਮੂਲੇਸ਼ਨ ਜਦ ਮੈਡੀਸਨ ਪੇਸ਼ੈਂਟ ਨੂੰ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨਾਲ ਉਹਨਾਂ ਦੇ ਰੋਗ ਦਾ ਬਹੁਤ ਹੀ ਜਲਦੀ ਨਿਜਾਤ ਹੋ ਜਾਂਦਾ। ਉਸ ਤੋਂ ਇਲਾਵਾ ਜਿਹੜੀ ਸਾਡੀਆਂ ਤਿਆਰ ਕੀਤੀ ਦਵਾਈਆਂ, ਉਹਨਾਂ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਸਾਈਡ ਇਫੈਕਟ ਨਹੀਂ ਆਉਂਦਾ, ਅਤੇ ਦਵਾਈਆਂ ਜਿਹੜੀ ਸਾਰੀਆਂ ਨੇ ਉਹ ਮਾਨਤਾ ਪ੍ਰਾਪਤ ਨੇ ਕਿਸੇ ਵੀ ਕੰਟਰੀ ਦੇ ਵਿੱਚ, ਕਿਸੇ ਵੀ ਉਮਰ ਦੇ ਵਿੱਚ, ਕਿਸੇ ਵੀ ਮੌਸਮ ਦੇ ਵਿੱਚ ਜਿਹੜੀ ਸਾਡੀ ਦਵਾਈਆਂ ਵਰਤ ਸਕਦੇ ਹੋ ਤੁਸੀਂ, ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਕਰਦੀਆਂ। ਵੈਜੀ ਜਿਵੇਂ ਤੁਸੀਂ ਦੱਸਿਆ ਕਿ ਦਵਾਈਆਂ ਜਿਹੜਾ ਸੇਵਨ ਕਰ, ਜਿਹੜਾ ਮਰੀਜ਼ ਹੈਗਾ ਦਵਾਈਆਂ ਦਾ ਸੇਵਨ ਕਰ ਸਕਦਾ, ਚਾਹੇ ਕਿਸੇ ਵੀ ਵੈਦਰ ਦੇ ਵਿੱਚ ਹੋਵੇ, ਕੋਈ ਵੀ ਉਹਨੂੰ ਪ੍ਰੋਬਲਮ ਹੋਵੇ, ਪਰ ਜੇ ਅਸੀਂ ਦਵਾਈਆਂ ਦੀ ਗੱਲ ਕਰੀਏ, ਹੁਣ ਜਿਹੜੇ ਐਲੋਪੈਥਿਕ ਖਾ ਰਹੇ ਨੇ ਉਹਨਾਂ ਨੂੰ ਇੱਦਾਂ ਲੱਗਦਾ ਕਿ ਇੱਕਦਮ ਸਾਨੂੰ ਰਿਲੀਫ ਮਿਲ ਗਿਆ ਆਪਣੀ ਪੇਨ ਤੋਂ ਜਾਂ ਆਪਣੀ ਟ੍ਰਬਲ ਤੋਂ, ਬਟ ਜੇ ਕੋਈ ਆਯੁਰਵੈਦਿਕ ਦਵਾਈ ਖਾ ਰਿਹਾ ਤਾਂ ਤੁਹਾਨੂੰ ਕੀ ਲੱਗਦਾ ਕਿ ਇਹ ਜ਼ਿਆਦਾ ਟਾਈਮ ਲਗਾਉਂਦਾ ਆ ਠੀਕ ਕਰਨ ਵਾਸਤੇ ਪ੍ਰੋਬਲਮ, ਜਾਂ ਥੋੜ੍ਹਾ ਘੱਟ ਟਾਈਮ ਲੱਗਦਾ ਆ? ਜੀ, ਇਸ ਵਿੱਚ ਜਿਹੜਾ ਐਲੋਪੈਥੀ ਅਤੇ ਆਯੁਰਵੇਦਾ ਦੀ ਜਿਹੜੀ ਮੈਡੀਸਨ ਦੇ ਖਾਣ ਦੇ ਨਾਲ ਅਸਰ ਦੇ ਨਾਲ ਕੋਈ ਜ਼ਿਆਦਾ ਸੰਬੰਧ ਨਹੀਂ ਰੱਖਦਾ, ਉਹ ਰੋਗ ਦੀ ਸਟੇਜ ਦੇ ਹਿਸਾਬ ਨਾਲ ਸੰਬੰਧ ਰੱਖਦਾ ਹਮੇਸ਼ਾ। ਰੋਗ ਦੀ ਸਟੇਜ ਜਿੰਨੀ ਕੁ ਘੱਟ ਹੋਏਗੀ, ਦਵਾਈ ਲਾਈਟ ਮਾਤਰਾ ਵੀ ਬਹੁਤ ਸੋਹਣਾ ਅਤੇ ਜਲਦੀ ਕੰਮ ਕਰ ਜਾਏਗੀ। ਤੁਹਾਨੂੰ ਦਵਾਈ ਦੀ ਪਹਿਲੀ ਖੁਰਾਕ ਜਾਂ ਪਹਿਲੀ ਮਾਤਰਾ ਹੀ ਦਵਾਈ ਦੀ ਦਿੱਤੀ ਤੁਹਾਨੂੰ ਕੰਮ ਕਰ ਜਾਏਗੀ। ਰੋਗ ਦੀ ਜਿੰਨੀ ਸਟੇਜ ਜ਼ਿਆਦਾ ਹੋਏਗੀ, ਦਵਾਈ 3 ਦਿਨ 5 ਦਿਨ ਜਾਂ 7 ਤੋਂ ਲੈ ਕੇ 10 ਦਿਨ ਲੱਗਦੇ ਨੇ, ਉਹਦੇ 'ਚ ਮੈਦਾ ਕਵਰ ਜਿਹੜਾ ਹੁੰਦਾ ਹੈ ਹੋਣਾ ਸ਼ੁਰੂ ਹੋ ਜਾਂਦਾ। ਅੰਦਾਜ਼ਨ ਜਿਹੜਾ ਮੈਦੇ ਦਾ ਕੋਰਸ ਹੁੰਦਾ, ਮਿਨੀਮਮ 3 ਵੀਕਸ ਦਾ ਟਾਈਮ ਹੁੰਦਾ, 5 ਵੀਕਸ ਜਾਂ 7 ਵੀਕਸ ਲੱਗਦੇ ਨੇ ਮੈਦੇ ਤੋਂ ਮੈਦੇ ਪੁਰਾਣੇ ਕੇਸ ਨੂੰ ਹੱਲ ਹੋਣ ਦੇ ਵਿੱਚ। ਜੇ ਮੈਂ ਕਹਾਂ ਜੀ ਮੈਂ 5 ਦਿਨਾਂ ਦੇ ਵਿੱਚ ਮੈਦੇ ਦਾ ਹੱਲ ਪੂਰਾ ਪੱਕੇ ਤੌਰ ਤੋਂ ਹੱਲ ਕਰਦੇ ਹਾਂ ਜੀ, 5 ਜਾਂ 10 ਦਿਨਾਂ ਦੇ ਵਿੱਚ, ਇੱਦਾਂ ਦੇ ਗਲਤ ਕੰਮ ਮੈਂ ਨਹੀਂ ਕਰਦਾ। ਰੂਟੀਨ ਦੇ ਵਿੱਚ ਹਰ ਸਮੱਸਿਆ ਜਿਹੜੀ ਹੈ ਰੋਗ ਦੇ ਹਿਸਾਬ ਨਾਲ ਵੱਖਰੀ ਹੁੰਦੀ ਹੈ, ਉਹਦਾ ਰੋਗ ਦਾ ਡਾਇਗਨੋਸ ਕਰਕੇ ਸਟੇਜ ਦੇ ਹਿਸਾਬ ਨਾਲ ਹੱਲ ਕਰ ਦਿੱਤਾ ਜਾਂਦਾ, ਅਤੇ ਮੁੜ ਕੇ ਉਹਨਾਂ ਨੂੰ ਜਿਹੜੀ ਮੁਸ਼ਕਲ ਹੈ ਕਦੇ ਦੁਬਾਰਾ ਦਵਾਈਆਂ ਖਾਣ ਦੀ ਲੋੜ ਨਹੀਂ ਪੈਂਦੀ। ਵੈਜੀ ਜੇ ਅਸੀਂ ਗੱਲ ਕਰੀਏ ਦਵਾਈਆਂ ਦੀ, ਜਿਵੇਂ ਤੁਸੀਂ ਕਹਿ ਰਹੇ ਕਿ ਕੋਈ ਸਾਈਡ ਇਫੈਕਟ ਨਹੀਂ ਹੈਗਾ, ਤੇ ਬਹੁਤ ਛੇਤੀ ਵੀ ਆਯੁਰਵੇਦਾ ਦੇ ਵਿੱਚ ਵੀ ਮੈਦਾ ਦਾ ਇਲਾਜ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੇ ਹੋਰ ਕੋਈ ਰੋਗ ਹੈਗੇ ਨੇ ਮੈਦੇ ਨਾਲ ਜੁੜੇ ਹੋਏ ਨੇ, ਜਿਹੜੀ ਤੁਸੀਂ ਸਿਰਫ ਇੱਕ ਹੀ ਚੀਜ਼ ਦੀ ਦਵਾਈ ਦੇ ਰਹੇ ਹੋ, ਤੇ ਜੇ ਜਿਸ ਨਾਲ ਬਾਕੀ ਸਾਰੇ ਜਿਹੜੇ ਰੋਗ ਹੈ ਕਵਰ ਹੋ ਜਾਂਦੇ ਨੇ, ਜਾਂ ਹਰ ਰੋਗ ਦੀ ਅਲੱਗ ਅਲੱਗ ਦਵਾਈ ਹੁੰਦੀ ਹੈ? ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਜੀ, ਹਰ ਜਿਹੜਾ ਰੋਗ ਹੈ ਉਹਦੇ ਵਿੱਚ ਇੱਕ ਰੋਗ ਇੱਕ ਦਵਾ ਅਨੇਕ ਅਨੁਸਾਰ ਅਸੀਂ ਇਲਾਜ ਕਰੀਦਾ। ਸੋ ਇੱਕੋ ਰੋਗ ਦੇ ਵਿੱਚ ਇੱਕੋ ਤਰ੍ਹਾਂ ਦੀ ਦਵਾਈ ਨਹੀਂ ਹੁੰਦੀ, ਇੱਕੋ ਰੋਗ ਦੇ ਵਿੱਚ ਮੇਰੇ ਕੋਲ ਅਨੇਕਾਂ ਪ੍ਰਕਾਰ ਦੀ ਨਾਨਾ ਪ੍ਰਕਾਰ ਦੀ ਜਿਹੜੇ ਫਾਰਮੂਲੇਸ਼ਨਸ ਨੇ ਉਹ ਹੁੰਦੀਆਂ ਨੇ, ਉਹ ਦਿੱਤੀਆਂ ਜਾਂਦੀਆਂ। ਇਸ ਤੋਂ ਇਲਾਵਾ ਜਿਹੜਾ ਇੱਕ ਰੋਗ ਅਸੀਂ ਮੈਦਾ ਜਾਂ ਠੀਕ ਕਰਦੇ ਹਾਂ, ਮੈਦਾ ਠੀਕ ਹੋਣ ਨਾਲ ਜਿਹੜੀ ਸਾਡੀ ਰੈਸਟ ਆਫ ਦਾ ਬੋਡੀ ਦੀ ਪ੍ਰੋਬਲਮਸ ਨੇ, ਜੇ ਕਿਸੇ ਨੂੰ ਹੇਅਰ ਫਾਲ ਹੋਣ, ਸਕਿਨ ਪ੍ਰੋਬਲਮਸ ਹੋਣ, ਜਾਂ ਕਈਆਂ ਦੀ ਸਕਿਨ ਜਿਹੜੀ ਹੈ ਮੈਦਾ ਖਰਾਬ ਰਹਿਣ ਕਰਕੇ ਸਕਿਨ ਕਾਲੀ ਪੈ ਜਾਂਦੀ ਹੈ, ਹੇਅਰ ਫਾਲ ਹੁੰਦੀ ਹੈ, ਵਾਲਾਂ ਦਾ ਟੁੱਟਣਾ, ਝੜਨਾ, ਡਿੱਗਣਾ, ਵਾਲਾਂ ਦਾ ਪੱਕਣਾ, ਅਲੱਗ ਅਲੱਗ ਪ੍ਰੋਬਲਮਸ ਨੇ, ਮੂੰਹ ਦੇ ਵਿੱਚ ਛਾਲੇ ਰਹਿਣਾ, ਕਬਜ਼ ਪੁਰਾਣੀ ਰਹਿਣੀ, ਆਂਤੜਾਂ ਦਾ ਵੀਕ ਹੋ ਜਾਣਾ, ਇਸ ਤੋਂ ਇਲਾਵਾ ਰਿਲੇਟਿਡ ਟੂ ਸਕਿਨ ਪ੍ਰੋਬਲਮ ਜਿਹੜੀਆਂ ਨੇ ਆ ਜਾਂਦੀਆਂ ਨੇ। ਉਸ ਤੋਂ ਇਲਾਵਾ ਕਈ ਵਾਰੀ ਰੂਟੀਨ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਮੁੰਡੇ ਨੇ ਉਹ ਹਾਈਟ ਇੰਕਰੀਜ਼ ਦੇ ਵਿੱਚ ਵੀ ਇੰਟਰਸਟਿਡ ਹੁੰਦੇ ਨੇ, ਹਾਈਟ ਇੰਕਰੀਜ਼ ਕਿਉਂ ਨਹੀਂ ਹੁੰਦੀ, ਹਾਈਟ ਇੰਕਰੀਜ਼ ਜਿਹੜਾ ਹੈ ਪ੍ਰੋਪਰ ਚੈੱਕ ਕਰਕੇ
ਇਹਨਾਂ ਦੀ ਜਿਹੜੀ ਹੈ ਟ੍ਰੀਟਮੈਂਟਸ ਦੇ ਦਿੱਤੇ ਜਾਂਦੇ ਨੇ, ਉਹਨਾਂ ਨਾਲ ਉਹਨਾਂ ਨੂੰ ਮੁੜ ਕੇ ਜਿਹੜੀ ਸਮੱਸਿਆਵਾਂ ਨੇ ਉਹਨਾਂ ਨੂੰ ਨਹੀਂ ਆਉਂਦੀਆਂ ਅਤੇ ਉਹ ਆਪਣਾ ਜਿਹੜਾ ਹੈ ਜੀਵਨ ਹੈ ਖੁਸ਼ੀ ਖੁਸ਼ੀ ਸਾਰੇ ਆਪਣਾ ਬਤੀਤ ਕਰਦੇ ਨੇ। ਮਤਲਬ ਵੈਦ ਜੀ ਗੱਲ ਬਿਲਕੁਲ ਸਹੀ ਹੈ ਕਿ ਇੱਕੋ ਹੀ ਜਗ੍ਹਾ ਤੇ ਤੁਸੀਂ ਇੱਕੋ ਕਲੀਨਿਕ ਤੇ ਹਰ ਰੋਗ ਦਾ ਜਿਹੜਾ ਤੁਸੀਂ ਇਲਾਜ ਕਰ ਰਹੇ ਹੋ, ਹਰ ਕੋਈ ਜਿਹੜੀ ਸਮੱਸਿਆ ਹੈਗੀ, ਹਰ ਕਿਸੇ ਦੀ ਸਮੱਸਿਆ ਦਾ ਜਿਹੜਾ ਨਿਵਾਰਨ ਤੁਸੀਂ ਇਸ ਸ਼ੋਅ ਦੇ ਵਿੱਚ ਅੱਜ ਕਰ ਰਹੇ ਹੋ, ਤੇ ਮੈਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ, ਜੇ ਕਿਸੇ ਵੀ ਤਕਲੀਫ ਤੋਂ ਉਹ ਗੁਜ਼ਰ ਰਹੇ ਨੇ ਤੇ ਉਹ ਬੇਝਿਜਕ ਕਲੀਨਿਕ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ, ਤੁਸੀਂ ਇਹਨਾਂ ਤੋਂ ਮਿਲ ਸਕਦੇ ਹੋ, ਜਿਹੜਾ ਆਯੁਰਵੇਦਿਕ ਜਿਹੜਾ ਆਪਣਾ ਇਲਾਜ ਹੈ ਉਹ ਤੁਸੀਂ ਕਰਵਾ ਸਕਦੇ ਹੋ। ਇਸ ਬਾਰੇ ਮੈਂ ਦਰਸ਼ਕਾਂ ਨੂੰ ਇੱਕ ਗੱਲ ਦੀ ਹੋਰ ਬੇਨਤੀ ਕਰਨਾ ਚਾਹੁੰਦਾ, ਮੈਂ ਉਸ ਰੋਗ ਦਾ ਇਲਾਜ ਕਰਦਾ ਜਿਸ ਨੂੰ ਮੈਂ ਠੀਕ ਕਰ ਸਕਾਂਗਾ, ਅਦਰਵਾਈਜ਼ ਉਹ ਕੇਸ ਮੈਂ ਨਹੀਂ ਫੜਦਾ, ਕਿਉਂਕਿ ਹਰ ਇਲਾਜ ਜਿਹੜਾ ਹੈ ਕਰਨਾ ਦੁਨੀਆਂ ਦਾ ਮੁਨਾਸਿਬ ਨਹੀਂ ਹੈ। ਮੈਂ ਜਿਹੜੀ ਮੇਨ ਪ੍ਰੋਬਲਮਸ ਨੇ ਉਹਨਾਂ ਦੇ ਵਿੱਚ ਟ੍ਰੀਟ ਕਰਨਾ ਹੈ ਤੇ ਤਾਂ ਕਿ ਉਹਨਾਂ ਦੀ ਸਮੱਸਿਆਵਾਂ ਜਲਦੀ ਤੋਂ ਜਲਦੀ ਹੱਲ ਹੋ ਜਾਣ। ਵੈਦ ਜੀ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਜ਼ਿਆਦਾ ਜਾਣਕਾਰੀ ਲੈ ਸਕਾਂ, ਪਰ ਫਿਰ ਵੀ ਮੈਂ ਚਾਹੂੰਗੀ ਕਿ ਇਸ ਸ਼ੋਅ ਦੇ ਵਿੱਚ ਤੁਸੀਂ ਇਹ ਦੱਸੋ ਕਿ ਜਿਹਨਾਂ ਨੂੰ ਕੋਈ ਆਪਣੀ ਸਿਹਤ ਸੰਬੰਧੀ ਪ੍ਰੋਬਲਮ ਹੈਗੀ ਹੈ ਉਹ ਕਿਹੜੀ ਕਿਹੜੀ ਸਾਵਧਾਨੀਆਂ ਜਿਹੜੀਆਂ ਹੈਗੀਆਂ ਉਹ ਵਰਤਣ। ਮੈਂ ਆਪਣੇ ਦਰਸ਼ਕਾਂ ਨੂੰ, ਭੈਣਾਂ ਭਰਾਵਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਜੰਕ ਫੂਡ ਹੈ ਉਹਨੂੰ ਅਵੋਇਡ ਕੀਤਾ ਜਾਵੇ, ਨਸ਼ਿਆਂ ਦੀ ਵਰਤੋਂ ਨਾ ਕੀਤੀ ਜਾਵੇ, ਮਿਹਦੇ ਨੂੰ ਤੰਦਰੁਸਤ ਅਤੇ ਨਿਰੋਗ ਰੱਖਣ ਦੇ ਲਈ ਸਾਦੀ ਖੁਰਾਕ ਖਾਓ। ਸਾਦੀ ਖੁਰਾਕ ਦੇ ਵਿੱਚ ਸਾਡੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਜੇ ਅਸੀਂ ਕਹੀਏ ਕਿ ਘੀਆ ਟਿੰਡਾ ਤੋਰੀ ਅਤੇ ਪੇਠੇ ਦੀ ਸਬਜ਼ੀ ਖਾਣੀ ਹੈ ਤਾਂ ਨੱਕ ਚੜ੍ਹਨੇ ਸ਼ੁਰੂ ਹੋ ਜਾਂਦੇ ਨੇ। ਸੋ ਮੇਰੀ ਗੱਲ ਦਾ ਬੁਰਾ ਨਾ ਮਨਾਇਓ, ਜਦ ਤੱਕ ਮਿਹਦਾ ਤੁਹਾਡਾ ਸੈੱਟ ਨਹੀਂ ਹੁੰਦਾ ਤੁਸੀਂ ਦਵਾਈਆਂ ਤਾਕਤ ਦੀਆਂ ਲੱਖਾਂ ਰੁਪਏ ਦੀ ਖਾ ਲਓ, ਸਿਹਤ ਬਣਾਉਣ ਦੀਆਂ ਖਾ ਲਓ, ਮੇਰੇ ਵੀਰੋ ਭੈਣੋ ਕੋਈ ਹੱਲ ਨਹੀਂ ਹੋ ਸਕਦਾ ਦੁਨੀਆਂ ਦੇ ਵਿੱਚ। ਜਦ ਤੁਹਾਡਾ ਮਿਹਦਾ ਕੰਮ ਕਰੇਗਾ ਖੁਰਾਕ ਲੱਗੇਗੀ ਅਤੇ ਚਿਹਰੇ 'ਤੇ ਰੌਣਕ ਵੀ ਆਏਗੀ ਅਤੇ ਲੋਕ ਤੁਹਾਨੂੰ ਆਪੇ ਪੁੱਛਣਗੇ ਕਿ ਕੀ ਖਾਂਦਾ। ਸੋ ਮਜ਼ਾ ਇਹ ਹੈ ਕਿ ਜਿਹੜਾ ਤੁਹਾਡਾ ਡਾਈਜੈਸਟਿਵ ਸਿਸਟਮ ਹੈ ਉਹਨੂੰ ਅਸੀਂ ਸੈੱਟ ਰੱਖੀਏ। ਇਸ ਤੋਂ ਇਲਾਵਾ ਡਾਈਜੈਸਟਿਵ ਸਿਸਟਮ ਨੂੰ ਸੈੱਟ ਰੱਖਣ ਦੇ ਲਈ ਜਿਹੜਾ ਹੈ ਅਚਾਰ, ਕੱਚਾ ਪਿਆਜ਼, ਗੁੜ, ਪਪੀਤਾ, ਇੱਦਾਂ ਦੀਆਂ ਚੀਜ਼ਾਂ ਜਿਹੜੀ ਵਾਈਬਾਦੀ ਨੇ, ਤਸੀਰ ਦੀਆਂ ਗਰਮ ਨੇ, ਉਹਨਾਂ ਦੀ ਚੀਜ਼ਾਂ ਦੀ ਅਸੀਂ ਵਰਤੋਂ ਬਹੁਤ ਹੀ ਘੱਟ ਕਰੀਏ ਅਤੇ ਸਾਦੀ ਖੁਰਾਕ ਖਾਈਏ ਅਤੇ ਥੋੜ੍ਹਾ ਖਾਈਏ ਅਤੇ ਜਿਹੜੀ ਹੈ ਚੰਗੀ ਜੀਵਨ ਅਸੀਂ ਜ਼ਿੰਦਗੀ ਬਤੀਤ ਕਰੀਏ। ਦਰਸ਼ਕੋ ਹੁਣ ਵੇਲਾ ਹੋ ਚੱਲਿਆ ਤੁਹਾਡੇ ਸਭ ਤੋਂ ਇਜਾਜ਼ਤ ਲੈਣ ਦਾ। ਵੈਦ ਜੀ ਤੁਸੀਂ ਇਸ ਸ਼ੋਅ ਦੇ ਵਿੱਚ ਆਏ, ਸਾਡੇ ਦਰਸ਼ਕਾਂ ਨਾਲ ਇੰਨੀ ਸਾਰੀ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ, ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਦਰਸ਼ਕੋ ਹੁਣ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੀ ਦਿੱਤੀ ਜਾਣਕਾਰੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਇਸੇ ਤਰ੍ਹਾਂ ਨਾਲ ਅਸੀਂ ਉਮੀਦ ਕਰਦੇ ਕਿ ਤੁਹਾਡੀ ਸਮੱਸਿਆਵਾਂ ਦਾ ਹਰ ਅਸੀਂ ਇਸ ਸ਼ੋਅ ਦੇ ਵਿੱਚ ਲੈ ਕੇ ਹਰ ਵਾਰ ਆਉਂਦੇ ਰਹੀਏ। ਇਸੇ ਦੇ ਨਾਲ ਮੈਨੂੰ ਯਾਨੀ ਕਿ ਛਬੀ ਤੋਂ ਇਜਾਜ਼ਤ, ਧੰਨਵਾਦ।